ਓਕੇ ਤੇ ਸਾਰਾ ਦਿਨ ਦੀ ਐਕਟੀਵਿਟੀ ਤੋਂ ਬਾਅਦ ਨਾ ਹੁਣ ਭੁੱਖ ਬਹੁਤ ਸ਼ਦੀਦ ਲੱਗੀ ਦੀ ਹੈ ਅਤੇ ਹੁਣ ਅਸੀਂ ਆਏ ਹਾਂ ਇੱਥੇ ਖਾਣਾ ਖਾਣ ਲੌਂਗ ਆਈਲੈਂਡ ਦੇ ਵਿੱਚ ਅਤੇ ਇਹ ਨਵਾਂ ਰੈਸਟੋਰੈਂਟ ਖੁੱਲ੍ਹਿਆ ਇੱਥੇ ਗਾਰਡਨ ਸਿਟੀ ਦੇ ਵਿੱਚ ਕੜਾਹੀ ਅੱਡਾ ਅਤੇ ਅਸੀਂ ਹੁਣ ਚੱਲੇ ਹਾਂ ਖਾਣਾ ਖਾਣ ਅਤੇ ਤੁਹਾਨੂੰ ਖਾਣਾ ਖਾਣ ਦੇ ਬਾਅਦ ਦੱਸ ਰਹੀਆਂ ਖਾਣਾ ਕਿਹੋ ਜਿਹਾ ਅਤੇ ਖਾਣਾ ਦੇ ਦੌਰਾਨ ਵੀ ਤੁਹਾਨੂੰ ਸ਼ੋਅ ਵੀ ਕਰਨੇ ਕਿ ਅਸੀਂ ਕੀ ਆਰਡਰ ਕੀਤਾ ਅਤੇ ਚਲੋ ਆਓ ਅਸੀਂ ਖਾਣਾ ਖਾਈ ਹੁਣ ਜਾ ਮਲਾਈ ਬੋਟੀ ਹੈਂਗ ਕੀਤੀ ਸੀ ਦੇਖੋ ਤੁਹਾਨੂੰ ਨਜ਼ਰ ਆ ਰਹੀ ਹੈ ਨਾਲ ਉਹਨਾਂ ਨੇ ਸੈਲਫ ਸਲੂਟ ਦਿੱਤਾ ਅਸੀਂ ਗੋਟ ਕੜਾਹੀ ਬੇਬੀ ਗੋਟ ਕੜਾਹੀ ਆਰਡਰ ਕੀਤੀ ਹੈ ਅਤੇ ਗਾਰਲਿਕ ਨਾਨ ਆਰਡਰ ਕੀਤਾ ਨਾਲ ਤੇਲਾਂ ਵਾਲਾ ਨਾਨ ਜਿਹੜਾ ਹੁੰਦਾ ਉਹ ਆਰਡਰ ਕੀਤਾ ਅਸੀਂ ਉਹਨਾਂ ਖਾਂਦੇ ਹਾਂ ਟਰਾਈ ਕਰਦੇ ਹਾਂ ਤੁਹਾਨੂੰ ਦੱਸਦਾ ਠੀਕ ਫੁੱਲ ਪੈਕ ਕਰ ਲੈ ਰਹੀ ਪਹਿਲਾਂ ਗੋਟ ਕੜਾਹੀ ਗਾਰਲਿਕ ਨਾਨ ਦੇ ਨਾਲ ਮਜ਼ਾ ਮਸਾਲੇ ਜ਼ਬਰਦਸਤ ਨੇ ਅਸੀਂ ਥੋੜ੍ਹੀ ਸਪਾਈਸੀ ਬਣਵਾਈ ਹੈ ਪਲੱਸ ਗੋਸ਼ਤ ਜਿਹੜਾ ਸਹੀ ਗਲਿਆ ਆ ਦੇਖੋ ਹਲਕਾ ਜਿਹਾ ਹੀ ਅਸੀਂ ਬਹੁਤ ਜ਼ਿਆਦਾ ਗਲਿਆ ਦਾ ਗੋਸ਼ਤ ਮਜ਼ੇਦਾਰ ਗੁੱਡ ਪਾਸ ਹੈ ਹੁਣ ਅਸੀਂ ਲੈਮ ਚਾਪ ਟਰਾਈ ਕਰ ਲਾਂਗੇ ਪਹਿਲਾਂ ਅਸੀਂ ਬਗੈਰ ਨਾ ਤੋਂ ਟਰਾਈ ਕਰਨੇ ਜ਼ਬਰਦਸਤ ਬਣੇ ਸਹੀ ਜੂਸੀ ਬਣੀ ਗਈ ਔਰ ਅੰਦਰ ਤੱਕ ਕੁੱਕ ਹੋਈ ਦੀ ਹੈ ਔਰ ਸਹੀ ਟੈਂਡਰ ਹੋਈ ਦੀ ਹੈ ਟੈਂਡਰ ਵੀ ਹੈ ਔਰ ਜੂਸੀ ਵੀ ਹੈ ਜ਼ਬਰਦਸਤ ਹੈ ਬਹੁਤ ਘੱਟ ਬਾਹਰੋਂ ਖਾਧੀਆਂ ਨੇ ਚਾਪ ਇਸ ਤਰ੍ਹਾਂ ਦੀ ਮਜ਼ੇਦਾਰ ਹੈ ਇਹ ਹੁਣ ਅਸੀਂ ਹਲਕੀ ਜਿਹੀ ਚਟਨੀ ਲਾ ਕੇ ਨਾਲ ਨਾਨ ਲੈ ਕੇ ਇਹਦਾ ਨਵਾਲਾ ਬਣਾ ਕੇ ਅਤੇ ਟਰਾਈ ਕਰਾਂਗੇ ਮਜ਼ਾ ਅਸੀਂ ਹੁਣ ਮਲਾਈ ਬੋਟੀ ਜਿਹੜੀ ਹੈਂਗ ਕਰਦੀ ਪਈ ਇਹਨੂੰ ਟਰਾਈ ਕਰ ਰਹੇ ਹਾਂ ਇਹਨੂੰ ਵੀ ਪਹਿਲਾਂ ਅਸੀਂ ਬਗੈਰ ਨਾਨ ਤੋਂ ਟਰਾਈ ਕਰਨੇ ਮਜ਼ਾ ਆ ਰਿਹਾ ਬਾਕੀ ਜਦੋਂ ਜਿੱਥੋਂ ਵੀ ਆਈਟਮ ਖਾਧੀ ਉਹਨਾਂ ਤੋਂ ਥੋੜ੍ਹਾ ਡਿਫਰੈਂਟ ਟੇਸਟ ਹੋ ਗਿਆ ਆਮ ਲੇਕਿਨ ਗੁੱਡ ਹੈ ਇੱਕ ਜਿਹੜੀ ਮਲਾਈ ਦੀ ਫੀਲਿੰਗ ਆਉਣੀ ਚਾਹੀਦੀ ਉਹ ਆ ਰਹੀ ਇਹਦੇ ਵਿੱਚ ਮਸਾਲੇ ਵੀ ਇੰਨੇ ਤੇਜ਼ ਨਹੀਂ ਹੈ ਉਨੀ ਕਿ ਸਹੀ ਲੱਗੇ ਤੇ ਮਸਾਲੇ ਇਟਸ ਗੁੱਡ ਪਾਸ ਹੈ ਅਭੀ ਲਓ ਜੀ ਖਾਣਾ ਅਸੀਂ ਖਾ ਲਿਆ ਕੜਾਹੀ ਅੱਡੇ ਤੋਂ ਖਾਣਾ ਮਜ਼ੇਦਾਰ ਸੀ ਅੱਛਾ ਸੀ ਥੋੜ੍ਹਾ ਐਕਸਪੈਂਸਿਵ ਹੈ ਲੇਕਿਨ ਜਿਸ ਤਰ੍ਹਾਂ ਦੀ ਉਹਨਾਂ ਦੀ ਅੰਦਰ ਸਫਾਈ ਹੈ ਸਰਵਿਸ ਹੈ
ਉਹਦੇ ਹਿਸਾਬ ਨਾਲ ਅਗਰ ਦੂਸਰੇ ਰੈਸਟੋਰੈਂਟ ਨਾਲ ਕੰਪੇਅਰ ਕਰੋ ਤਾਂ ਠੀਕ ਹੀ ਹੈ। ਫੂਡ ਇਹਨਾਂ ਦਾ ਕਾਫੀ ਮਜ਼ੇਦਾਰ ਹੈ, ਡਿਫਰੈਂਟ ਮਜ਼ਾ, ਡਿਫਰੈਂਟ ਟੇਸਟ ਹੈ ਇਹਦਾ। ਲਾਜ਼ਮੀ ਆਓ ਇੱਕ ਦਫ਼ਾ ਤੇ ਟਰਾਈ ਕਰਵਾ ਕੇ। ਇਹਦੀ ਲੋਕੇਸ਼ਨ ਹੈ ਗਾਰਡਨ ਸਿਟੀ ਲੌਂਗ ਆਈਲੈਂਡ, ਕੜਾਈ ਅੱਡਾ ਇਹਦਾ ਰੈਸਟੋਰੈਂਟ ਦਾ ਨਾਮ ਹੈ, ਠੀਕ ਹੈ। ਅਤੇ ਪਲੀਜ਼ ਅਗਰ ਆਓਗੇ ਇੱਥੇ ਤਾਂ ਪਲੀਜ਼ ਕਮੈਂਟ ਦੇ ਵਿੱਚ ਲਾਜ਼ਮੀ ਸ਼ੇਅਰ ਕਰਿਓ, ਮੈਨੂੰ ਦੱਸਿਓ, ਠੀਕ ਹੈ। ਅੱਲਾ ਹਾਫਿਜ਼। ਅੱਲਾ ਹਾਫਿਜ਼। ਅੱਲਾ ਹਾਫਿਜ਼। ਬਹੁਤ ਆਦਮੀ ਕਾਫੀ ਚੁੱਕੇ।